ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਏ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਕਟ ਮਾਹੀ ਜੀਓ ਰਹਾਓ ਅਵ ਗੁਣ ਛੋੜ ਗੁਣਾ ਕੋ ਤਾਵੋ ਕਰ ਅਵਗੁਣ ਪਛਤਾਹੀ ਜੀਓ ਸਾਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਂ ਲੋਭ ਬਹੁ ਝੂਠੇ ਬਾਹਰ ਨਾ ਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਪਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਪਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਹੁਕਮ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਰਾਗ ਸੋਰਠ ਅੰਦਰ ਬਖਸ਼ਿਸ਼ ਕਰ ਰਹੇ ਨੇ ਪਾਵਨ ਅੰਗ 598 ਉੱਪਰ ਸੁਭਾਇਮਾਨ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ हे ਭਾਈ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ਪਰ ਧਾਰਮਿਕ ਭੇਖਾਂ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਬਾਹਰੋਂ ਸ਼ਕਲ ਧਰਮੀਆਂ ਵਾਲੀ ਅਤੇ ਅੰਦਰ ਦੁਨੀਆਂ ਨੂੰ ਠੱਗਣ ਦੀ ਚਲਾਕੀ ਇਹ ਦੋ ਰੁਖੀ ਚਾਲ ਵਿੱਚ ਪਿਆਂ ਇਹ ਅੰਮ੍ਰਿਤ ਫਲ ਨਹੀਂ ਮਿਲ ਸਕਦਾ ਹੇ ਮੇਰੇ ਮਨ ਅੰਦਰ ਹੀ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿ ਵੇਖੀ ਨਾਮ ਅੰਮ੍ਰਿਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਭਟਕਦਾ ਫਿਰੀ ਜੇ ਤੂੰ ਬਾਹਰ ਢੂੰਡਣ ਤੁਰ ਪਿਆਂ ਤਾਂ ਬਹੁਤ ਦੁੱਖ ਪਾਏਗਾ ਅਟਲ ਆਤਮਿਕ ਜੀਵਨ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ ਹਿਰਦੇ ਵਿੱਚ ਹੀ ਹੈ ਹੇ ਭਾਈ ਔਗਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ ਜੇ ਔਗਣ ਹੀ ਕਰਦੇ ਰਹੋਗੇ ਤਾਂ ਪਛਤਾਉਣਾ ਪਏਗਾ ਹੇ ਮਨ ਤੂੰ ਮੁੜ ਮੁੜ ਮੂੰਹ ਦੇ ਚੁੱਕੜ ਵਿੱਚ ਡੁੱਬ ਰਿਹਾ ਹੈ ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ਹੇ ਭਾਈ ਜੇ ਅੰਦਰ ਮਨ ਵਿੱਚ ਲੋਭ ਦੀ ਮੈਲ ਹੈ ਤੇ ਲੋਭ ਦੇ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦੇ ਹੋ ਤਾਂ ਬਾਹਰ ਤੀਰਥ ਆਦਿਕ ਇਸ਼ਨਾਨ ਕਰਨ ਦਾ ਕੀ ਲਾਭ ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਜਪੋਗੇ ਹੇ ਮਨ ਲੋਭ ਨਿੰਦਿਆ ਛੱਡ ਝੂਠ ਤਿਆਗ ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ ਥੇ ਰਹਿਣ ਵਾਲਾ ਅੰਮ੍ਰਿਤ ਫਲ ਮਿਲੇਗਾ ਹੇ ਦਾਸ ਨਾਨਕ ਪ੍ਰਭੂ ਦਰ ਤੇ ਅਰਦਾਸ ਕਰਕੇ ਆਖ ਹੇ ਹਰੀ ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਰੱਖ
पर यह मेहर कर कि गुरु के शब्द में जुड़ के मैं तेरी सिफत सलाह करता रहा। वाहेगुरु जी का खालसा, वाहेगुरु जी की फतेह। राग सोरठ अंग 598 रिटन बाय गुरु नानक देव जी। सोरठ महला पहला। द ट्रेजर ऑफ द नेम फॉर विच यू हैव कम इन टू द वर्ल्ड दैट एम्ब्रोसियल नेक्टर इज विद द गुरु। Renounce costumes, disguises, and clever tricks. This fruit is not obtained by duplicity. Oh, my mind, remain steady and do not wander away. By searching around on the outside, you shall only suffer great pain. The ambrosial nectar is found within the home of your own being. Renounce corruption and seek virtue. Committing sins, you shall only come to regret and repent. You do not know the difference between good and evil. Again and again, you sink into the mud. Within you is a great filth of greed and falsehood. Why do you bother to wash your body on the outside? Chant the Immaculate Naam, the name of the Lord, always under Guru's instruction. Only then will your innermost being be emancipated. Let greed and slander be far away from you and renounce falsehood. Through the true word of the Guru Shabad, you shall obtain the true fruit. As it pleases you, you preserve me, dear Lord. Servant Nanak sings the praises of your Shabad. Vaheguru Ji Ka Khalsa, Vaheguru Ji Ki Fateh.